ਸਿਵਲ ਹਸਪਤਾਲ ਖਰੜ ਵਿਖੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਖੋਲ੍ਹੇ ਜਨ ਔਸ਼ਧੀ ਕੇਂਦਰ ਨੂੰ ਡਿਪਟੀ ਕਮਿਸ਼ਨਰ ਸ਼੍ਰੀਮਤੀ ਗੁਰਪ੍ਰੀਤ ਕੌਰ ਸਪਨਾ ਨੇ ਮਰੀਜ਼ਾਂ ਅਤੇ ਲੋਕਾਂ ਨੂੰ ਸਮਰਪਿਤ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੱਸਿਆ ਕਿ ਜਨ ਔਸ਼ਧੀ ਕੇਂਦਰ ਮਰੀਜ਼ਾਂ ਅਤੇ ਲੋਕਾਂ ਲਈ ਵਰਦਾਨ ਸਾਬਿਤ ਹੋਵੇਗਾ। ਇਸ ਕੇਂਦਰ ਤੋਂ ਸਿਵਲ ਹਸਪਤਾਲ ਦੇ ਮਰੀਜ਼ਾਂ ਤੋਂ ਇਲਾਵਾ ਸ਼ਹਿਰ ਨਿਵਾਸੀ ਅਤੇ ਆਮ ਲੋਕ ਵੀ ਸਸਤੇ ਭਾਅ ਤੇ ਲੋੜੀਂਦੀਆਂ ਜੈਨਰਿਕ ਦਵਾਈਆਂ ਖਰੀਦ ਸਕਣਗੇ। ਮੋਹਾਲੀ ਦੇ ਵਿੱਚ ਆਲਰੇਡੀ ਇੱਕ ਜਨ ਔਸ਼ਧੀ ਸਟੋਰ ਹੈ ਜਿੱਥੇ ਜੈਨਰਿਕ ਮੈਡੀਸਨਸ ਦਿੱਤੀਆਂ ਜਾਂਦੀਆਂ ਨੇ ਪੇਸ਼ੈਂਟਸ ਨੂੰ। ਸਿਵਲ ਹੋਸਪਿਟਲ 6 ਫੇਜ਼ ਦੇ ਵਿੱਚ ਆਲਰੇਡੀ ਖੁੱਲ੍ਹਿਆ ਹੋਇਆ। ਉਸੇ ਸੀਰੀਜ਼ ਦੇ ਵਿੱਚ ਅਸੀਂ ਖਰੜ ਦੇ ਵਿੱਚ ਇਹ ਅੱਜ ਜਨ ਔਸ਼ਧੀ ਸਟੋਰ ਪਬਲਿਕ ਨੂੰ ਡੈਡੀਕੇਟ ਕੀਤਾ ਤਾਂ ਕਿ ਡਿਫਰੈਂਟ ਕਿਸਮ ਦੀਆਂ ਦਵਾਈਆਂ ਜੈਨਰਿਕ ਮੈਡੀਸਨਸ ਉਹ ਲੈ ਸਕਣ, ਤਾਂ ਕਿ ਐਕਸਪੈਂਸਿਵ ਦਵਾਈਆਂ ਨਾਲ ਇੱਥੇ ਹਰ ਤਰ੍ਹਾਂ ਦੇ ਪੇਸ਼ੈਂਟ ਸਰਕਾਰੀ ਹੋਸਪਿਟਲਸ 'ਚ ਆਉਂਦੇ ਨੇ, ਤਾਂ ਕਿ ਉਹ ਸਸਤੀਆਂ ਅਤੇ ਕੁਆਲਿਟੀ ਮੈਡੀਸਨਸ ਲੈ ਸਕਣ। ਅੱਜ ਸਿਵਲ ਸਰਜਨ ਮੈਡਮ ਵੀ ਨੇ ਜੀ, SDM ਨੇ ਇੱਥੇ, ਜਿਨ੍ਹਾਂ ਨੇ ਦੋਨਾਂ ਨੇ ਕਾਫੀ ਇਸ ਚੀਜ਼ 'ਤੇ ਇਨੀਸ਼ੀਏਟਿਵ ਲਿਆ ਹੈ ਅਤੇ ਇਹਨਾਂ ਦੇ ਹੀ ਐਫਰਟ ਕਰਕੇ ਅਸੀਂ ਅੱਜ ਇਹ ਸਟੋਰ ਖੋਲ੍ਹ ਪਾਏ ਹਾਂ। ਇਹ ਦੋਨੋਂ ਮਿਲ ਕੇ ਔਰ SMO ਸਾਹਿਬ ਵੀ ਇੱਥੇ ਨੇ, ਇਹ ਇਨਸ਼ੋਰ ਕਰਨਗੇ ਕਿ ਡਾਕਟਰਸ ਵੀ ਜੈਨਰਿਕ ਮੈਡੀਸਨਸ ਹੀ ਪ੍ਰਿਸਕ੍ਰਾਈਬ ਕਰਨ, ਤਾਂ ਕਿ ਜਿਹੜਾ ਕੋਈ ਬਿਮਾਰ ਹੋ ਕੇ ਇੱਥੇ ਆਉਂਦਾ ਹੈ, ਸਰਕਾਰੀ ਹੋਸਪਿਟਲ 'ਚ ਅਸੀਂ ਸਾਰੇ ਜਾਣਦੇ ਹਾਂ, ਉਹ ਲੋਕ ਆਉਂਦੇ ਨੇ ਜਿਹੜੇ ਪ੍ਰਾਈਵੇਟ ਹੋਸਪਿਟਲਸ ਨੂੰ ਅਫੋਰਡ ਨਹੀਂ ਕਰ ਸਕਦੇ ਜਾਂ ਜਿਨ੍ਹਾਂ ਦਾ ਜ਼ਿਆਦਾ ਫੇਥ ਸਰਕਾਰੀ ਹੋਸਪਿਟਲਸ 'ਤੇ ਹੈ, ਅਤੇ ਉਹਨਾਂ ਦੀ ਸਹੂਲਤ ਲਈ ਬਣਾਇਆ ਗਿਆ। ਇਸ ਲਈ ਜੈਨਰਿਕ ਮੈਡੀਸਨਸ ਔਰ ਇਸ ਔਸ਼ਧੀ ਸਟੋਰ ਨੂੰ ਪਾਪੂਲਰਾਈਜ਼ ਕਰਨਾ ਮੀਡੀਆ ਦੇ ਥਰੂ ਇਹ ਤੁਹਾਡੀ ਡਿਊਟੀ ਹੈ। ਅਸੀਂ ਕੋਸ਼ਿਸ਼ ਕਰਾਂਗੇ ਕਿ ਬੈਟਰ ਲੋਕਾਂ ਤੱਕ ਔਰ ਸਾਰੇ ਲੋਕਾਂ ਤੱਕ ਇਹ ਰੀਚ ਕਰ ਸਕੇ। ਮੈਮ, ਪੰਜਾਬ 'ਚ ਜਾਂ ਮੋਹਾਲੀ ਜ਼ਿਲ੍ਹੇ 'ਚ ਕਿੰਨੇ ਕੁ ਜੇ ਸਟੋਰ ਖੋਲ੍ਹੇ ਗਏ ਨੇ ਜੀ? ਹਾਲੇ ਸਿਰਫ ਮੋਹਾਲੀ ਪ੍ਰੋਪਰ ਸ਼ਹਿਰ 'ਚ ਹੈ ਜੀ, ਦੂਸਰਾ ਅਸੀਂ ਖਰੜ 'ਚ ਖੋਲ੍ਹਿਆ, ਤੀਸਰੇ ਦੀ ਕਾਰਵਾਈ ਡੇਰਾ ਬੱਸੀ ਸਿਵਲ ਹੋਸਪਿਟਲ 'ਚ ਅਸੀਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ ਵਿੱਚ ਖੋਲ੍ਹਣ ਦੀ ਤਿਆਰੀ ਕਰ ਸਕੀਏ, ਤਾਂ ਕਿ ਤਿੰਨੋਂ ਸਬ ਡਿਵੀਜ਼ਨਸ ਦੇ ਵਿੱਚ ਇੱਕ ਇੱਕ ਜਨ ਔਸ਼ਧੀ ਸਟੋਰ ਹੋਵੇ। ਖੁਸ਼ੀ ਦੀ ਗੱਲ ਹੈ ਕਿ ਖਰੜ ਸਿਵਲ ਹਸਪਤਾਲ 'ਚ ਜਿਹੜਾ ਜਨ ਔਸ਼ਧੀ ਮੈਡੀਸਨ ਸਟੋਰ ਦਾ ਉਦਘਾਟਨ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀਮਤੀ ਗੁਰਪ੍ਰੀਤ ਸਪਨਾ ਜੀ ਨੇ ਕੀਤਾ। ਸੋ ਇਹਦੇ 'ਚ ਸਿਰਫ ਹਸਪਤਾਲ ਆਉਣ ਵਾਲੇ ਜਿਹੜੇ ਮਰੀਜ਼ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਹੀ ਨਹੀਂ, ਬਲਕਿ ਹੋਰ ਜਿਹੜੇ ਆਲੇ ਦੁਆਲੇ ਸ਼ਹਿਰ ਦੇ ਜਾਂ ਆਲੇ ਦੁਆਲੇ ਦੇ ਪਿੰਡਾਂ ਤੋਂ ਰਹਿਣ ਵਾਲੇ ਜਿਹੜੇ ਨਾਗਰਿਕ ਹੈ, ਉਹ ਵੀ ਇਸਦਾ ਮਤਲਬ ਵੱਧ ਤੋਂ ਵੱਧ ਫਾਇਦਾ ਉਠਾਉਣ, ਕਿਉਂਕਿ ਇਹ ਜਿਹੜਾ ਕੰਸੈਪਟ ਹੈ ਇਹਦੇ 'ਚ ਇੱਕ ਸੋਚ ਹੈ ਵੀ ਮਰੀਜ਼ਾਂ ਨੂੰ ਜਿਹੜੀਆਂ ਨੇ ਘੱਟ ਤੋਂ ਘੱਟ ਰੇਟ 'ਤੇ ਮਤਲਬ ਵੱਧ ਤੋਂ ਵੱਧ ਜਿੰਨਾ ਕੁ ਡਿਸਕਾਊਂਟ ਹੋ ਸਕਦਾ ਉਹ ਕਰਾ ਕੇ ਇਹ ਸਸਤੀਆਂ ਰੇਟ 'ਤੇ ਦਵਾਈਆਂ ਦਿੱਤੀਆਂ ਜਾਣੀਆਂ। ਇਹ ਜਿਹੜੀ ਜਨ ਔਸ਼ਧੀ ਸਟੋਰ ਹੈ ਖਰੜ ਹੈ, ਇਹ ਰੈੱਡ ਕਰਾਸ ਸੁਸਾਇਟੀ ਜਿਹੜੀ ਮੋਹਾਲੀ ਹੈ ਉਹਦੇ ਵੱਲੋਂ ਰਨ ਕੀਤੀ ਜਾਏਗੀ, ਅਤੇ ਇੱਕ ਫਾਰਮਾਸਿਸਟ ਨੇ ਟ੍ਰੇਨਡ ਕੁਆਲੀਫਾਈਡ ਫਾਰਮਾਸਿਸਟ ਹੈ ਉਹ ਇੱਥੇ ਬਹਿਣਗੇ, ਅਤੇ ਕੋਈ ਵੀ ਜਿਹੜਾ ਬੰਦਾ ਮੈਡੀਸਨ ਲੈਣੀ ਚਾਹੁੰਦਾ ਹੈ ਉਹ ਇੱਥੋਂ ਲੈ ਸਕਦਾ। ਉਹਦੇ 'ਚ ਸਿਰਫ ਸਰਕਾਰੀ ਹਸਪਤਾਲ 'ਚ ਆਉਣ ਵਾਲੇ ਮਰੀਜ਼ ਨਹੀਂ, ਜਿਹੜੇ ਬਾਹਰੋਂ ਵੀ ਜਿਹੜੇ ਹੈਗੇ ਆ ਲੋੜਵੰਦ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਦਵਾਈ ਦੀ ਲੋੜ ਹੈ ਉਹ ਇੱਥੋਂ ਲੈ ਸਕਦੇ ਆ। ਅਸੀਂ ਤਾਂ ਮੋਹਾਲੀ ਜ਼ਿਲ੍ਹਾ ਹੋਸਪਿਟਲ 'ਚ ਆਲਰੇਡੀ ਚੱਲ ਰਿਹਾ ਅਤੇ ਬਹੁਤ ਕਾਮਯਾਬ ਤਜਰਬਾ ਹੈ, ਅਤੇ ਉਸ ਦਾ ਅਸੀਂ ਤਾਂ ਬੇਨਤੀ ਕਰਦੇ ਹਾਂ ਵੀ ਜਿਹੜੇ ਵੱਧ ਤੋਂ ਵੱਧ ਜਿਹੜੇ ਹੋਰ ਹਸਪਤਾਲ ਹੈ ਵੱਡੇ ਪੱਧਰ ਦੇ ਜਾਂ ਵੱਡੇ ਸ਼ਹਿਰਾਂ 'ਚ ਜਿਹੜੀਆਂ ਇਹ ਜਨ ਔਸ਼ਧੀ ਮੈਡੀਕਲ ਸਟੋਰ ਖੁੱਲ੍ਹਣੇ ਚਾਹੀਦੇ। ਖਰੜ ਤੋਂ ਡੇਵਿਡ ਵਰਮਾ ਦੀ ਰਿਪੋਰਟ, ਚੈਨਲ 2।